what's left is right. Chasing stars and holding you. I can't see the end, but we'll see it through. ਪੰਜਾਬ ਬੋਲਦਾ, ਪੰਜਾਬ ਬੋਲਦਾ ਬਈ, ਇੱਥੇ ਬੋਲਦਾ ਪੰਜਾਬ। ਆ ਮੁਕੰਦਪੁਰ ਆਏ ਹਾਂ, ਮੁਕੰਦਪੁਰ ਆ ਗਏ, ਪੰਜਾਬ ਇੱਥੇ ਕੀ ਬੋਲਦਾ? ਹੋਰ ਜੀ ਕੀ ਹਾਲ ਚਾਲ ਹੈ? ਕਹਿੰਦੇ ਪੰਜਾਬ ਬੋਲਦਾ, ਮੈਂ ਮੁਕੰਦਪੁਰ 'ਚ ਪੰਜਾਬ ਬੋਲਦਾ ਕਿ ਨਹੀਂ ਬੋਲਦਾ ਹੈਗਾ? ਹੈਂ ਮੈਂ, ਹਾਂ ਚੇਤਾ ਮੈਨੂੰ ਪੂਰਾ ਰਹਿੰਦਾ। ਬਰਗਰ 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 ਬੜੀਆ ਬਣਾਤਾ ਹੈ ਨਾ? हाँ हाँ, कितने का बर्गर? एक 30 रुपए का। 30 रुपए का? इससे क्या बढ़िया डालता है यार, नूडल वाला है। नूडल वाला, चाउमीन वाला, सारे। हाँ चल, 30-30 वाले दो बना के रखना है, हम तेरे मॉर्निंग करा के जाएंगे। और क्या हाल चाल है? अच्छा हाँ दसो मैनू, भगवंत मान कहते पंजाब बोलता वा, तू सब बोलते नहीं है? नहीं नहीं बोलते हैं जी। बोलते हो, कुछ बदलाव आया? भगवंत मान नाल पूरा बदलाव आया जी। केड़ी चीज़ का बदलाव आया वा? हर चीज़ का बदलाव आया जी। हाँ जी हाँ जी हाँ जी। नहीं जेडे पहले सरकारां दे बदले जी, आउंदे साल तो कम होने लग पे जी। अच्छा हाँ जी, ਚੰਗੀ ਗੱਲ ਹੈਗੀ। ਹਾਂਜੀ ਹਾਂਜੀ, ਪਹਿਲੀਆਂ ਸਰਕਾਰਾਂ ਦੇ ਜੀ 4 ਸਾਲ ਤੋਂ ਬਾਅਦ ਕੰਮ ਸ਼ੁਰੂ ਹੁੰਦੇ ਸੀ, ਜਿਹੜੇ 5-5, 10-10 ਸਾਲ ਦੇ ਕੰਮ ਰੁਕੇ ਹੋਏ ਸੀ ਉਹ ਵੀ ਹੋਣ ਲੱਗ ਪਏ ਇੱਥੇ ਪਿੰਡਾਂ 'ਚ ਜੀ। ਗਲੀਆਂ ਜਿਹੜੀਆਂ 10-10 ਸਾਲ ਤੋਂ ਰੁਕੀਆਂ ਸੀ ਉਹ ਵੀ ਬਣ ਗਈਆਂ ਦੂਜੇ ਸਾਲ ਦੇ ਵਿੱਚ, ਬਸ 2 ਸਾਲ ਹਲੇ ਹੋਏ ਨੇ। ਹੋ ਰਿਹਾ ਜੀ, ਪੂਰਾ ਹੋ ਰਿਹਾ, ਮਾਣ ਹੈ ਭਗਵੰਤ ਮਾਨ ਤੇ ਜੀ। ਮਾਨ ਤੇ ਭਗਵੰਤ ਮਾਨ ਤੇ ਮਾਣ ਹੈ। ਲੈ ਬਾਈ ਆਹ ਦੇਖ, ਉਹ ਕਹਿੰਦਾ ਜਿਹੜੇ ਕੰਮ ਰੁਕੇ ਹੋਏ ਸੀ ਨਾ, ਭਗਵੰਤ ਮਾਨ ਦੇ ਆਉਣ ਦੇ ਨਾਲ ਸਾਰੇ ਚੱਲ ਪਏ ਨੇ। ਗੱਲ ਸਹੀ ਕਰ ਗਿਆ ਜਾਂ ਐਵੇਂ ਮਾਰ ਗਿਆ? ਉਹ ਮਾਰ ਗਿਆ, ਸਹੀ ਆ, ਠੀਕ ਹੈ ਜੀ। ਜਦੋਂ ਕਹਿੰਦੇ ਉਹ ਕਹਿੰਦਾ ਸੀ ਨਾ ਵੀ, ਕਹਿੰਦਾ ਪਹਿਲੀ ਸਰਕਾਰਾਂ ਦੇ 4-4 ਸਾਲ ਕੰਮ ਹੀ ਨਹੀਂ ਹੁੰਦੇ ਸੀ, 5ਵੇਂ ਸਾਲ ਕੰਮ ਕਰਦੇ ਸੀਗੇ, ਇਹਨੇ ਪਹਿਲੇ ਸਾਲ ਹੀ ਕੰਮ ਚਾਲੂ ਕਰਤੇ ਨਾ। ਉਹ ਕਿੱਥੇ ਆ? ਕਿੱਥੇ ਆ? ਅਤੇ ਤੁਸੀਂ ਆਪਣਾ ਗੱਡੀ ਆ ਤੁਹਾਡੇ ਕੋਲ? ਗੱਡੀ ਆ, ਆਟੋ ਆਪਣੇ ਕੋਲ। ਆਟੋ ਆਟੋ, ਤੁਹਾਡਾ ਕਾਰੋਬਾਰ ਕਿਵੇਂ? ਕਾਰੋਬਾਰ ਸਾਡਾ ਯਾਰ ਮੰਦਾ ਹੀ ਆ, ਪਰ ਆਟੋ ਵਾਲਿਆਂ ਨੇ ਮਾਲ ਬਾਜੂ ਆ, ਈ ਰਿਕਸ਼ੇ ਨੇ, ਈ ਰਿਕਸ਼ੇ ਵਾਲਿਆਂ ਨੇ। ਈ ਰਿਕਸ਼ਾ ਵਾਲਿਆਂ ਇੱਥੇ ਵੀ ਚੱਲ ਪਏ? ਹੋਰ ਮੀਟਰ ਲੱਗੇ ਉਹ ਚਾਰਜ ਕਰਕੇ ਲੈ ਆਉਂਦੇ ਸਾਡੇ। ਫ੍ਰੀ ਵਾਲਾ ਭਗਵਾਨ ਨੇ ਬਿਜਲੀ ਫ੍ਰੀ ਦੇ ਦਿੱਤੀ, ਸਾਡੇ ਮੰਦਾ ਪੈ ਗਿਆ ਹੁਣ ਡੀਜ਼ਲ ਵਾਲਿਆਂ ਦਾ, ਈ ਰਿਕਸ਼ਾ ਵਾਲਿਆਂ ਨੂੰ ਫਾਇਦਾ ਹੈ। ਹਾਂਜੀ ਫਾਇਦਾ ਆ ਰਹੀ ਹੈ, ਬਿਜਲੀ ਫ੍ਰੀ ਹੈਗੀ ਆ, ਬਿਜਲੀ ਫ੍ਰੀ ਹੈ, ਰਾਤ ਨੂੰ ਚਾਰਜ ਕਰਦੇ ਆ। ਹਾਂਜੀ ਹਾਂਜੀ, 10 ਯੂਨਿਟਾਂ ਲੱਗਦੇ ਹੋਣੇ, 10 ਲੱਖ ਵੀ ਜੇ ਇਹਦਾ ਜੀ ਮਹਾਰਾਜ ਲੈਣ ਤੇ ਪਤਾ ਲੱਗਣਾ ਵੀ ਕਿੰਨੀ ਯੂਨਿਟ ਖਾਂਦੀ ਆ, ਕਿੰਨੀ ਖਾਈ ਜਾਂਦੀ ਹੈਗੀ ਆ, ਇਹ ਤੁਹਾਨੂੰ ਪਤਾ ਹੋਊਗਾ, ਤੁਸੀਂ ਦੱਸਣੀ ਉਹਦੀ ਐਵਰੇਜ ਕੀ ਆ। ਰਿਕਸ਼ਾ ਵਾਲੇ ਦੱਸਣਗੇ, ਸਾਨੂੰ ਤਾਂ ਪਤਾ ਨਹੀਂ ਹੈਗਾ, ਸਾਨੂੰ ਤਾਂ ਭਾਈ ਸਾਹਿਬ ਨੇ ਗੱਲ ਕੀਤੀ ਹੈਗੀ ਆ ਵੀ ਇਹ ਰਿਕਸ਼ਾ ਬੈਸਟ, ਇਹ ਗੱਲ ਪੱਕੀ ਆ ਜੀ, ਰਿਕਸ਼ਾ ਬੈਸਟ ਬੈਸਟ ਬੈਸਟ। ਲੈ ਭਾਈ ਇਹ ਕਹਿੰਦਾ ਬੈਸਟ ਆ ਇਹ ਰਿਕਸ਼ਾ, ਆਪਾਂ ਹੁਣ ਕੀ ਕਰੀਏ, ਉਹਨੇ ਬੈਸਟ ਕਹਿਤਾ। ਆਟੋ ਤੋਂ ਵੀ ਟੈਕਸ ਲਾਦਾ ਸੀ ਉਹ ਵੀ ਬੰਦ ਹੋ ਗਿਆ, ਇਹਨਾਂ 'ਚ ਤਾਂ ਵੀ ਭਗਵੰਤ ਮਾਨ ਕਰਕੇ ਖੁਸ਼ੀ ਦੀ ਲਹਿਰ ਆ, ਖੁਸ਼ੀ ਦੀ ਲਹਿਰ ਕਰਦੇ ਬੰਗਲਾ ਪ੍ਰੋਗਰਾਮ ਕੀ ਹੈ?
ਬਸ ਵੀ ਖੇਤੀਬਾੜੀ ਅੱਛਾ ਅੱਛਾ ਖੇਤੀਬਾੜੀ ਵਧੀਆ ਘਰ ਹੈ ਹਾਂਜੀ ਹਾਂਜੀ ਚਲ ਠੀਕ ਹੈ ਚੱਲਣਾ ਸਾਡਾ ਸ਼ੁਕਰ ਹੈ ਇਹ ਤਾਂ ਭਗਵੰਤ ਮਾਨ ਮਾਨ ਕਹਿੰਦਾ ਭਗਵੰਤ ਮਾਨ ਕਹਿੰਦਾ ਲੋਕ ਬੋਲਦੇ ਨਹੀਂ ਮੈਂ ਪੰਜਾਬ ਬੋਲਦਾ ਅੱਛਾ ਹਾਂ ਤੇ ਵੈਸੇ ਤੁਹਾਡੇ ਪਿੰਡ 'ਚ ਬਦਲਾਅ ਆਇਆ ਹਾਂਜੀ ਬਥੇਰੇ ਆਏ ਅੱਛਾ ਚੰਗੀ ਸਰਕਾਰ ਹੈ ਠੀਕ ਹੈ ਜੀ ਚਲੋ ਠੀਕ ਆ ਬਾਈ ਤੂੰ ਕਹਿ ਤਾਂ ਠੀਕ ਆ ਤਾਂ ਚੈਨਲ ਆ ਨਾ ਖੋਲ ਕੇ ਵੇਖੇਗਾ ਨਾ ਉਹ ਮੁੰਡਾ ਦੇਖੋ ਉੱਧਰ ਖੜ ਗਿਆ ਜਾ ਕੇ ਉਹ ਦੇਖ ਲੈ ਉੱਥੇ ਇੰਨਾ ਗੱਲ ਨਹੀਂ ਕਰਨੀ ਭਾਅ ਜੀ ਮੈਂ ਗੱਲ ਕਰ ਲਈ ਹੈ ਮੈਂ ਪਤਾ ਗੱਲ ਕੀ ਹੈ ਕਿ ਗੱਲ ਤਾਂ ਕੋਈ ਹੈ ਹੀ ਨਹੀਂ ਅਸੀਂ ਦੇਖੋ ਰਾਤ ਨੂੰ ਨਿਕਲੇ ਹੋਏ ਹੈਗੇ ਹਾਂ ਅਸੀਂ ਘਰ ਛੱਡ ਕੇ ਆਏ ਹੈਗੇ ਹਾਂ ਅਸੀਂ ਸਿਰਫ ਇਹ ਦੇਖ ਲਿਆ ਕਿ ਪੰਜਾਬ ਬੋਲਦਾ ਕਿ ਨਹੀਂ ਬੋਲਦਾ ਜੇ ਤੂੰ ਨਹੀਂ ਬੋਲੇਗਾ ਤਾਂ ਮਤਲਬ ਪੰਜਾਬ ਬੋਲਦਾ ਨਹੀਂ ਬੋਲਦੇ ਹਾਂ ਜੀ ਬੋਲਦੇ ਹਾਂ ਜੀ ਕਹਿੰਦਾ ਬੋਲਦੇ ਹਾਂ ਆ ਮਾਤਾ ਜੀ ਬੋਲਦੇ ਹੋਣਗੇ ਔਰ ਲਗਾ ਜੀ ਹੋਰ ਕੀ ਹਾਲ ਚਾਲ ਹੈ ਮੈਂ ਕਾਕਿਆਂ ਨੂੰ ਕਿਹਾ ਮੁੰਡਿਆਂ ਨੂੰ ਭਗਵੰਤ ਮਾਨ ਕਹਿੰਦਾ ਪੰਜਾਬ ਬੋਲਦਾ ਮੈਂ ਕਿਹਾ ਜੇ ਪੰਜਾਬ ਬੋਲੂ ਨਾ ਤਾਂ ਕੋਈ ਸੁਣਿਆ ਨਹੀਂ ਜਾਣਾ ਹਾਂ 30 ਰੁਪਏ ਦਾ ਬਰਗਰ ਦਿੰਦਾ ਹੁਣ ਇਹ ਹਾਂਜੀ 30 ਰੁਪਏ ਦਾ ਦਿੰਦੇ ਆ ਹਾਂਜੀ ਚਮਨੀ ਵੀ ਬੋਲ ਹਾਂ ਕਈ 20 ਰੁਪਏ ਦਾ ਵੀ ਦਿੰਦੇ ਆ ਹਾਂ 20 ਰੁਪਏ ਦਾ ਵੀ ਦਿੰਦੇ 25 ਦਾ ਵੀ ਦਿੰਦੇ ਆ ਤੇ ਟਮਾਟਰ ਮਹਿੰਗੇ ਹੋ ਗਏ ਟਮਾਟਰ ਤਾਂ 80 ਰੁਪਏ ਕਿਲੋ 100 ਰੁਪਏ ਕਿਲੋ ਬੜਾ ਹੋ ਗਿਆ ਮਹਿੰਗਾਈ ਟਮਾਟਰ ਜਦ ਖੇਤੀ ਆ ਦੁਆਰਾ ਜਿਹੜੇ ਨਵੇਂ ਆਣਗੇ 20 ਰੁਪਏ ਵਿਕਦੇ ਆ ਤਾਂ ਹਾਂਜੀ ਹਾਂਜੀ ਹਾਂ ਉਸਲੇ ਕੋਈ ਲੈਂਦਾ ਹੁਣੇ ਹੈਗਾ 10 ਰੁਪਏ ਹੋ ਜਾਂਦੇ ਆ 10 ਹੋ ਜਾਂਦੇ ਹੈਗੇ ਉਸ ਤੇ ਕੋਈ ਬੋਲਦਾ ਹਾਂਜੀ ਤੁਸੀਂ ਕਿਹੜੇ ਪਿੰਡ ਜਾਣਾ ਅਸੀਂ ਔਜਲੀ ਜਾਣਾ ਯੂਟਿਊਬ ਕਰ ਲਈ ਸਰਚ ਮਾਰ ਲਈ ਯਾਰ ਹੈ ਹੋਰ ਦੇਖੋ ਯਾਰ ਦੇਖ ਲਈ ਕਿੱਥੇ ਪੰਜਾਬ ਬੋਲਦਾ ਵਾ ਹੋਰ ਜੀ ਕੱਲ ਦੇਖ ਲਈ ਬਾਈ ਸਵੇਰ ਪੈ ਜਾਣੇ ਭਾਜੀ ਆਪਾਂ ਤੁਹਾਡੇ ਕੋਲ ਲੈਣਾ ਮੈਂ ਆਰਡਰ ਕਰਤਾ ਇਹਨੂੰ ਆਰਡਰ ਕਰਤਾ ਵਾ ਹਾਂ ਆਰਡਰ ਕਰਤਾ ਸੀ ਉਹਨੂੰ ਅਸੀਂ ਵੀ ਲੈ ਕੇ ਜਾਣੇ ਹੈਗੇ ਆ ਬੰਦੇ ਤਾਂ ਸਾਰੇ ਬੀਬੇ ਨੇ ਜਿੰਨੇ ਹੈਗੇ ਆ ਅੱਗੇ ਚੱਲਦੇ ਹਾਂ ਅਸੀਂ ਥੋੜ੍ਹਾ ਅੱਗੇ ਗਾਂਹ ਤੱਕ ਜਾਈਏ ਹਾਂ ਮੁੰਡਾ ਪੰਜਾਬੀ ਆ ਇਹ ਪਿੱਛੇ ਹਾਂ ਆ ਜਾ ਅੱਗੇ ਆ ਜਾ ਯਾਰ ਆ ਮਟਰੀ ਜੀ ਭਾਅ ਪੁੱਛੀ ਮਟਰੀ ਹੈ ਰੇਟ ਰੂਟ ਤਾਂ ਪੁੱਛ ਲਈ ਜਾਈ ਲੈਣੀ ਤਾਂ ਆਪਣੀ ਹਿੰਮਤ ਨਹੀਂ ਹੈਗੀ ਲੈਣ ਦੀ ਮਟਰੀ ਕੀ ਭਾ ਕੀ ਭਾ ਕੀ ਭਾ ਅੱਛਾ ਅੱਛਾ ਅਤੇ ਭਾਈਆ ਕਿੰਨੇ ਦੀ ਆਈ 40 ਰੁਪਏ ਦੀ ਲੈ ਲਈਏ ਭਾਈਆ ਲੈ ਲੈਂਦੇ ਆਪਾਂ ਰੱਖ ਲਾਂਗੇ ਵਿੱਚ ਹਾਂ ਦੇ ਹਾਂ ਪੈਸੇ ਤੈਨੂੰ ਮੈਂ ਫੜਾਉਂਦਾ ਹੈਗਾ 100 ਦਾ ਨੋਟ ਹੈਂ ਨਾ ਲੈ 200 ਦਾ ਨੋਟ ਫੜ ਬਾਕੀ ਪੈਸੇ ਕੱਢ ਕੇ ਰੱਖੀ ਹੈ ਨਹੀਂ ਅਸੀਂ ਭੁੱਲ ਗਏ ਤਾਂ ਪੈਸੇ ਵੀ ਤੇਰੇ ਮਾਲ ਵੀ ਤੇਰਾ ਉਹ ਮੈਂ ਕਿਹਾ ਮਾਲ ਵੀ ਤੇਰਾ ਪੈਸੇ ਵੀ ਤੇਰੇ ਭੁੱਲ ਜਾਂਦੇ ਸਾਡੇ ਯਾਦ ਅਸ ਕਮਜ਼ੋਰ ਆ ਕੀ ਹਾਲ ਤੇਰਾ ਸਾਈਕਲ ਤਾਂ ਵਧੀਆ ਰੱਖਿਆ ਤੂੰ ਲੁਧਿਆਣੇ ਬੰਦੇ ਆ ਪਤਾ ਹਾਂਜੀ ਲੁਧਿਆਣੇ ਨਹੀਂ ਪਤਾ ਕਹਿੰਦੇ ਭਗਵੰਤ ਮਾਨ ਕਹਿੰਦਾ ਪੰਜਾਬ ਬੋਲਦਾ ਨਹੀਂ ਭਾਅ ਜੀ ਪੰਜਾਬ ਬੋਲਦਾ ਨਹੀਂ ਨਹੀਂ ਤੂੰ ਬੋਲਦਾ ਮੈਂ ਤਾਂ ਬੋਲਦਾ ਹੀ ਆ ਪੰਜਾਬ ਹੀ ਆ ਤੂੰ ਹਾਂਜੀ ਹਾਂਜੀ ਸਬਜ਼ੀ ਦਾ ਕੰਮ ਕਰਦਾ ਆ ਸਬਜ਼ੀ ਵੀ ਰੱਖੀ ਹੋਈ ਆ ਪਿਆਜ ਕੀ ਭਾਅ ਪਿਆਜ ਪਿਆਜ 50 ਰੁਪਏ ਹੈ ਪੰਜਾਬ ਨਹੀਂ ਚੱਲਦਾ ਪੰਜਾਬ 'ਚ ਨਸ਼ਾ ਚੱਲਦਾ ਇੱਧਰ ਆ ਕਾਕਾ ਇਹਦਾ ਮੁੰਡਾ ਗੱਲ ਕੁਛ ਹੋਰ ਹੀ ਕਰੀ ਜਾਂਦਾ ਵਾ ਉਹ ਇੱਧਰ ਆਇਆ ਉਹ ਨਹੀਂ ਯਾਰ ਨਹੀਂ ਅਸੀਂ ਵੀ ਉੱਥੇ ਪੰਜਾਬ 'ਚ ਚੱਲਦਾ ਵਾ ਸਭ ਕੁਛ ਨਸ਼ਾ ਹੀ ਚੱਲਦਾ ਉਹਦਾ ਚੱਲਦਾ ਮਰਜ਼ੀ ਲੈ ਲਓ ਅੱਛਾ ਮੈਂ ਇੱਥੋਂ ਲੈ ਲਓ ਜੇ ਤੂੰ ਮਰਜ਼ੀ ਲੈ ਲਓ ਨਸ਼ਾ ਹੀ ਹੈ ਨਸ਼ਾ ਬੰਦ ਕਰਾ ਦੇਵੇ ਬਾਥਰੂਮ ਚ ਰਹਿ ਗਿਆ ਇੱਥੇ ਨਸ਼ਾ ਚੱਲਦਾ ਸਾਲਾ ਨਸ਼ਾ ਪਾਉਣ ਦੋਵੇ ਸੈਂਟਰ ਖੋਲੇ ਆਪੇ ਜਨਤਾ ਨਾਲ ਅੜ ਜਾਣਾ ਡੋਡੇ ਡੂਡੇ ਮੈਨ ਲੱਭ ਪੈਣ ਪੈ ਤਾਂ ਭੈਣ ਡੋਡੇ ਵਾਲੇ ਨੂੰ ਵੀ ਲੱਭ ਪਿਆ ਪਾਉਣ ਏਦਾਂ ਨੀ ਵੀ ਇਹ ਮਰਦਾ ਪੰਜਾਬ ਉੜਦਾ ਨੀ ਹੈਗਾ ਹਲੇ ਇਹਨੂੰ ਤੂੰ ਉੜਦਾ ਬਣਾਓ ਸਰ ਪੰਜਾਬ ਬੋਲਦਾ ਭਾਜੀ ਇਹ ਪੰਜਾਬ ਦੇ ਨੌਜਵਾਨ ਬੋਲਦੇ ਨੇ ਤਾਂ ਕਹਿੰਦੇ ਨਜ਼ਰ ਬੰਦ ਹੋਵੇ ਇਹ ਹੁਣ ਡੋਡੇ ਪਾਲਦੇ ਨੇ ਫੀਮ ਪਾਲਦੇ ਨੇ ਇਹ ਭੁੱਕੀ ਪਾਲਦੇ ਨੇ ਕਹਿੰਦੇ ਦਾਰੂ 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 ਦੀ ਦਾਰੂ ਨਹੀਂ ਕਹਿੰਦੇ ਚਾਹੀਦੇ ਨਹੀਂ ਨਹੀਂ ਚਿੱਟਾ ਬੰਦ ਕਰਾਓ ਦਾਰੂ ਤਾਂ ਕੋਈ ਗੱਲ ਨਹੀਂ ਹਾਂ ਚਿੱਟਾ ਬੰਦ ਕਰਾਓ ਨਾ ਬਸ ਬਸ ਚਿੱਟਾ ਬੰਦ ਚਿੱਟੇ ਦਾ ਇਹਦਾ ਜਨਤਾ ਮਰ ਜਾਣੀ ਏਦਾਂ ਹੀ ਹਾਂ ਹਾਂ ਇਹ ਤਾਂ ਤੁਹਾਡੀ ਟੀਕਾ ਚੱਲਦਾ
120 रुपए किले मिल जाती मोटरी तू सू 160 रुपए और गल ले जाना मैं क्या मटरी देंगे कहता 160 रुपए किलो कहता 150 किलो लोगे 150 रुपए की मटरी जी बना हलवाई चल मैं क्या दे तू है कई बार गड्डी बैठे होर की हाल चले उस निकले से भी पंजाब बोलता भगवंत मान कहता मैं क्या देख ला की बोलता वा मंगाई चक्की हुई है गाहक है नहीं बच्चे नौकरी हो फायदा वा अगे एन आर आई पैसा लेके आंदा सी ਹੁਣ ਪੈਸਾ ਬਾਹਰ ਜਾ ਰਿਹਾ ਵਾ ਬਾਹਰ ਹੈ ਮਕਾਨ ਵੇਚ ਕੇ ਚੱਲ ਜਾਂਦੇ ਆ ਬਿਲਕੁਲ ਜੀ ਬਿਲਕੁਲ ਹੁਣ ਤਾਂ ਮਾਂ ਬੇ ਔਲਾਦ ਹੁੰਦੇ ਆ ਬੇਲਾਦ ਹੋ ਗਏ ਆ ਹਾਂ ਬੱਚੇ ਸਾਰੇ ਬਾਹਰ ਆ ਮੇਰੇ ਬਾਹਰ ਆ ਸਭ ਦੇ ਬਾਹਰ ਬੱਚੇ ਬਾਹਰ ਤੁਹਾਡੇ ਕਿਹੜੀ ਕੰਟਰੀ ਆ ਮੈਂ ਆਸਟ੍ਰੇਲੀਆ ਬੱਚੇ ਆਸਟ੍ਰੇਲੀਆ ਨੇ ਆਸਟ੍ਰੇਲੀਆ ਬਹੁਤ ਗਏ ਹੋਏ ਲੋਕ ਹਾਂਜੀ ਆਸਟ੍ਰੇਲੀਆ ਬਹੁਤ ਗਏ ਬੱਚੇ ਮੈਂ ਕਈ ਵਾਰ ਉਹ ਸਾਰੇ ਹਰ ਘਰ ਸਾਡੇ ਨਾਲ ਦੇ ਘਰ ਆਸਟ੍ਰੇਲੀਆ ਸਾਰੇ ਬੱਚੇ ਬਾਹਰ ਹੀ ਆ ਹਾਂ ਬੱਚੇ ਹੈ ਕੀ ਹੁਣ ਕਾਰੋਬਾਰ ਕੌਣ ਕਰੂਗਾ ਉੱਥੇ ਉੱਥੇ ਇੱਥੇ ਕੁਝ ਨਹੀਂ ਇੱਥੇ ਬਾਕੀ ਭਈਏ ਰਹਿਣੇ ਹਾਂ 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 ਇਹ ਤਾਂ ਹਾਲਾਤ ਮਾੜੇ ਹੀ ਆ ਹਾਂ ਹਾਂ ਉਹ ਤਾਂ ਹੈ ਹੀ ਆ ਭਾਈ ਇੱਥੇ ਜੇ ਕਾਰੋਬਾਰੀ ਨੇ ਬੰਦਾ ਕਰੂਗਾ ਕਰੂਗਾ ਕਿ ਨਹੀਂ ਬੰਦਾ ਹਾਲ ਕਾਰੋਬਾਰ ਹਾਂ 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 ਅਸੀਂ ਪੁੱਛਣ ਆਏ ਸੀਗੇ ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਬੋਲਦਾ ਦੱਸੋ ਮੈਨੂੰ ਆਹ ਪੰਜਾਬ ਬੋਲਦਾ ਵਾ ਤੁਸੀਂ ਹੀ ਬੋਲੋ ਪੰਜਾਬ ਬੋਲਦਾ ਹੋਰ ਕੀ ਹਾਲ ਏ ਹਾਂ ਠੀਕ ਹੋ ਤੁਸੀਂ ਤੁਹਾਡੇ ਕੀ ਬਰਗਰ ਦਾ ਰੇਟ ਏ 25 ਰੁਪਏ 30 ਰੁਪਏ ਉਹ ਯਾਰ ਮੈਂ ਉਧਰ ਆਰਡਰ ਕਰਦਾ ਤੇਰੇ ਕੋਲ ਤਾਂ ਚਲੋ ਮੈਂ ਤਾਂ ਉਧਰ ਕਹਿਤਾ ਹੁਣ ਮੁੰਡੇ ਨੂੰ ਮੈਂ ਕਿਹਾ ਦੋ ਲਾ ਦੇ ਯਾਰ ਉਹ ਚੱਲ ਕੋਈ ਗੱਲ ਨਹੀਂ ਕਰੀਮ ਵੀ ਪਾਉਂਦੇ ਤੁਸੀਂ ਉੱਤੇ ਹਨਾ ਹਾਂਜੀ ਜੀ ਕਰੀਮ ਵਾਲੇ ਵੀ ਹੁੰਦੇ 25 ਰੁਪਏ ਅੱਛਾ 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 ਤੇ ਹੁਣ ਕੀ ਫਰਕ ਪਿਆ ਕਾਰੋਬਾਰ ਦੇ ਵਿੱਚ ਭਗਵੰਤ ਮਾਨਾਂ ਦੇ ਨਾਲ ਵਧੀਆ 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 ਭਗਵੰਤ ਮਾਨ ਵਧੀਆ ਚੱਲ ਕੁਛ ਤਾਂ ਕਹਿ ਦੁੱਧ ਆਖਿਆ ਵਧੀਆ ਨਹੀਂ ਤਾਂ ਕੋਈ ਕਹਿੰਦਾ ਇਦਾਂ ਦਾ ਕੋਈ ਉਦਾਂ ਦਾ ਆਪਣੀ ਸਮਝ ਹੈ ਜਿਹੜੀ ਮਰਜ਼ੀ ਸਰਕਾਰ ਆਈ ਜਾਵੇ ਇੱਕ ਦੂਜੇ ਨੂੰ ਕਹਿਣਾ ਹੀ ਸਾਡਾ ਨਿਕੰਮਾ ਹੈ ਨਿਕੰਮਾ ਹਾਂ ਉਦਾਂ ਠੀਕ ਹੈ ਵਧੀਆ ਹੋਰ ਕੀ ਚਾਹੀਦਾ ਪਰ ਪੁਰਾਣੇ ਤੋਂ ਵਧੀਆ ਆਪਣੇ ਵਧੀਆ ਦੇਖੋ ਆਪਾਂ ਤਾਂ ਜਿਹੜੀ ਮਰਜ਼ੀ ਆ ਜਾਵੇ ਆਪਾਂ ਰੋਟੀ ਕਮਾਉਣੀ ਖਾਣੀ ਕਿਸੇ ਨੇ ਦੇਣਾ ਨਹੀਂ ਹੈਗਾ ਸਿੱਧੀ ਗੱਲ ਵਧੀਆ ਕਹਿ ਦੋ ਫਿਰ ਮਾੜਾ ਕਹਿਣ ਦੀ ਲੋੜ ਹੈ ਮਾੜਾ ਕਹਿਣ ਦੀ ਲੋੜ ਨਹੀਂ ਆਪਾਂ ਵਧੀਆ ਆਇਆ ਸਾਡੇ ਲਈ ਉਹ ਵੀ ਗੱਲ ਆ ਭਾਈ ਇਹਨਾਂ ਦਾ ਕਹਿਣ ਦਾ ਮਤਲਬ ਤਾਂ ਇਹੀ ਆ ਕਿ ਕਮਾ ਕੇ ਖਾਣਾ ਹੈਗਾ ਵਾ ਆ ਜਾ ਜਰਾ ਉਹਦੇ ਇੱਧਰ ਆ ਜਾਓ ਉੱਧਰ ਚੱਲ ਪੈਣੇ ਥੋੜ੍ਹੇ ਹੋਰ ਅੱਗੇ ਜਾਤੀ ਹਨੇਰਾ ਪਊਗਾ ਆ ਠੇਕਾ ਵੀ ਦਿਖਾ ਦੇ ਠੰਡੀ ਪੀ ਪੀਣੇ ਦਾ ਸ਼ੌਂਕ ਨਹੀਂ ਪੀ ਲਈ ਦੋਵਾਂ ਨੇ ਲੈ ਲਈ ਇੱਧਰ ਲਿਆ ਹੌਲੀ ਹੌਲੀ ਟੁਰੀ ਜਾਣ ਡੇ ਓ ਕੰਮ ਛੱਡ ਗਏ ਰੋਟੀ ਡੱਬਾ ਨਾਲ ਕੰਮ ਤੇ ਨਿਕਲੇ ਹੈ ਘਰ ਪਹੁੰਚੋਗੇ ਕਦੋਂ ਕੋਈ ਪਹੁੰਚੋਗੇ ਘਰ ਹੁਣ ਬਸ ਹੋਰ 15 ਮਿੰਟ ਲੱਗਣੇ ਵੀ 15 ਮਿੰਟ ਚ ਪਹੁੰਚ ਜਾਣਾ ਮਿਸਤਰੀ ਦਾ ਕਰਦੇ ਦਿਹਾੜੀ ਦਾ ਕੰਮ ਕਰਦੇ ਹੋ ਕਿਹੜਾ ਕੰਮ ਕਰਦੇ ਹੋ ਲੱਕੜੀ ਦਾ ਲੱਕੜੀ ਦਾ ਕਾਰਪੈਂਟਰੀ ਦਾ ਕਰਦੇ ਹੈਗੇ ਹੋ ਤੇ ਮਿਲ ਜਾਂਦੀ ਦਿਹਾੜੀ ਕਿੰਨੀ ਚੱਲਦੀ ਭਾਈ ਅੱਜ ਕੱਲ੍ਹ ਦਿਹਾੜੀ ਦੂਣੀ ਸਾਡਾ ਤਾਂ ਉੱਕਾ ਠੇਕਾ ਹੁੰਦਾ ਮੈਂ ਤਾਂ ਹੁਣ ਬੁੱਢਾ ਹੋਇਆ 80 ਸਾਲ ਦਾ ਹੋਇਆ 80 ਸਾਲ ਦੇ ਹੋ ਅੱਛਾ ਹੁਣ ਤੇ ਇਸ ਕਰਕੇ ਨੇੜਾ ਆ ਗਿਆ ਕਰਾ ਗਿਆ ਠੀਕ ਆ ਮਾੜੇ ਮੋਟੇ ਸੀ ਘਰ ਅੱਛਾ ਇੱਕ ਹੋਰ ਗੱਲ ਹੈਗੀ ਜਿਹੜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਪਹਿਲੇ ਕਾਂਗਰਸ ਸੀਗੀ ਅਕਾਲੀ ਕੁੱਲੀ ਸੀ ਜਿਹੜੇ ਉਹ ਚਲੇ ਗਏ ਨੇ ਹੁਣ ਨਵਾਂ ਮੁੰਡਾ ਆਇਆ ਭਗਵੰਤ ਮਾਨ ਹਾਂ ਕੁਛ ਬਸ ਫਰਕ ਪਿਆ ਕੁਛ ਨਹੀਂ ਕਾਫੀ ਅੱਛਾ ਬਹੁਤ ਜ਼ਿਆਦਾ ਅੱਛਾ ਅੱਛਾ ਹਾਂ ਯਾਨੀ ਕਿ ਫਾਇਦਾ ਹੋਇਆ ਲੋਕਾਂ ਨੂੰ ਹੈ ਕਾਫੀ ਚਲੋ ਕਿਹੜਾ ਬਿਜਲੀ ਦੇ ਬਿੱਲ ਘਟ ਗਏ ਬਿਜਲੀ ਦੇ ਬਿੱਲ ਘਟ ਗਏ ਇੱਕ ਹੋਰ ਇੱਕ ਦੋ ਫਾਇਦੇ ਹੋ ਗਏ ਚਲੋ ਚਲੋ ਹੌਲੀ ਹੌਲੀ ਘਰ ਪਹੁੰਚ ਜਾਓ ਤੁਸੀਂ ਹੈ ਅੱਛਾ ਜੀ ਹਾਂ ਹਨੇਰਾ ਹੋ ਜਾਣਾ ਅੱਗੇ ਅੱਗੇ ਜਾਂਦੇ ਜਾਂਦੇ ਹੋਰ ਕੀ ਅਸੀਂ ਅੱਗੇ ਅੱਗੇ ਟੁਰੀ ਜਾਣਾ ਹਨੇਰਾ ਹੋ ਹੀ ਜਾਣਾ ਮੈਂ ਕਿਹਾ ਅੱਗੇ ਅੱਗੇ ਟੁਰੀ ਜਾਣਾ ਹਨੇਰਾ ਹੋ ਹੀ ਜਾਣਾ ਉਹ ਮੈਂ ਬਾਬਾ ਜੀ ਨੂੰ ਪੁੱਛਿਆ ਮੈਂ ਕਿਹਾ ਕਹਿੰਦੇ ਬਸ ਉਹਦੇ ਕੋਲ ਨਹੀਂ ਜਾ ਰਿਹਾ ਦਿਖਾਗਾ ਕਿਉਂ ਦੇਖ ਹਾਂਜੀ ਕਾਰਪੈਂਟਰ ਦਾ ਕੰਮ ਕਰਦਾ ਕਹਿੰਦਾ ਦਿਹਾੜੀ ਲਾ ਕੇ ਆਇਆ ਮੈਂ ਹਾਂਜੀ ਹਾਂ 80 ਸਾਲ ਦੀ ਉਮਰ ਆ ਹੌਲੀ ਹੌਲੀ ਘਰ ਪਹੁੰਚ ਜਾਣਾ 15 ਮਿੰਟ ਦੇ ਵਿੱਚ
ਉਸ ਟਾਈਮ ਪੁੱਛਣ ਆਏ ਸੀਗੇ ਅਸੀਂ ਪਿਛਲੀ ਵਾਰ ਵੀ ਆਏ ਸੀ ਵੋਟਾਂ ਤੋਂ ਪਹਿਲੇ 2 ਸਾਲ ਹੋ ਗਏ ਅਸੀਂ ਕਿਹਾ ਵੀ ਭਗਵੰਤ ਮਾਨ ਲੈ ਕੇ ਆਓ ਕਾਂਗਰਸ ਦੇਖ ਲਈ ਅਕਾਲੀ ਦੇਖ ਲਏ ਸਾਰੇ ਲੋਕ ਕਹਿੰਦੇ ਬਦਲਾਓ 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 ਹਾਂਜੀ ਹੁਣ ਲੋਕ ਵੀ ਕੁਛ ਦਿੱਤ ਕਹੀ ਜਾਂਦੇ ਹੈਗੇ ਆ ਮੇਰਾ ਖਿਆਲ ਹੁਣ ਪੰਜਾਬ ਬੋਲਦਾ ਕਹਿੰਦਾ ਸੀ ਨਾ ਪੰਜਾਬ ਬੋਲਦਾ ਵਾ ਹਾਂਜੀ ਮੈਂ ਕਿਹਾ ਪੰਜਾਬ ਕੀ ਬੋਲਦਾ ਵਾ ਕੋਈ ਫਰਕ ਪਿਆ ਵੈਸੇ ਹੈ ਬਦਲਾਓ ਬਦਲੋ ਕਿ ਐਵੇਂ ਲੋਕ ਕਹਿੰਦੇ ਸੀ ਪੰਜਾਬ ਬੋਲਦਾ ਹੈਗਾ ਵਾ ਕੋਈ ਪੁਰਾਣੇ ਬੱਕਰੀਆਂ ਹੈ ਤਾਂ ਇੱਦਾਂ ਹੀ ਆ ਸਾਰਾ ਕੁਛ ਫਿਰ ਠੀਕ ਹੈ ਚਲੋ ਜੇ ਬਦਲਾਅ ਹੋ ਜਾਵੇ ਤਾਂ ਵਧੀਆ ਗੱਲ ਹੈ ਆਪਾਂ ਚਾਹੁੰਦੇ ਤਾਂ ਇਹੀ ਹਾਂ ਚਾਹੁੰਦੇ ਤਾਂ ਇਹੀ ਹਾਂ ਅਸੀਂ ਵੋਟਾਂ ਵੀ ਸਾਰਿਆਂ ਨੇ ਇਸ ਕਰਕੇ ਪਾਈਆਂ ਸੀ ਵੀ ਬਦਲਾਅ ਫਰਕ ਪੈ ਜਾਵੇ ਨਾ ਅੱਗੇ ਵੀ ਚਲੋ ਉਹ ਉਹਨਾਂ ਦੋਨਾਂ ਪਾਰਟੀਆਂ ਨੂੰ ਦੇਖ ਲਿਆ ਪਿਆ ਕਿ ਇਹਨਾਂ ਨੂੰ ਦੇਖ ਲਈ ਦੇਖ ਲੈਂਦੇ ਚਲੋ ਥੋੜ੍ਹੀ ਜਿਹਾ ਟਾਈਮ ਮਿਲ ਜਾਵੇ ਤਾਂ ਬਦਲਾਅ ਦੇਖੋ ਅਜੇ ਟਾਈਮ ਹੈਗਾ ਵਾ ਹੈਗਾ ਟਾਈਮ ਮੁਕੰਦਪੁਰ ਆਏ ਸੀ ਅਸੀਂ ਮੈਂ ਪਿੱਛੇ ਜੋ ਰੁਕੇ ਸੀ ਅਸੀਂ ਇੱਧਰ ਉੱਪਰੇ ਜੀ ਮੁਕੰਦਪੁਰ ਹੁਣ ਥੋੜ੍ਹੇ ਲੈਟ ਜੀ ਹੋ ਜੂਗੀ ਬੰਗੇ ਚਲੇ ਜਾਵਾਂਗੇ ਬਿਲਕੁਲ ਜੀ ਅਸੀਂ ਵੀ ਚਲੋ ਬਿਲਕੁਲ ਮੋਬਾਈਲ ਚਲਾਉਂਦੇ ਹੁੰਦੇ ਤੁਸੀਂ ਹਾਂਜੀ ਮੋਬਾਈਲ ਚਲਾਉਂਦੇ ਮੋਬਾਈਲ ਨਹੀਂ ਮੇਰਾ ਬੇਟਾ ਵੀ ਚਲਾਉਂਦਾ ਚਲਾਉਂਦਾ ਫਿਰ ਮੋਟੇ ਬੇਟੇ ਨੂੰ ਕੀ ਕਾਕਾ ਮੇਰੇ ਨਾਲ ਗੱਲਬਾਤ ਕੀਤੀ ਜ਼ਰੂਰ ਕਰਾ ਦੇ ਜ਼ਰੂਰ ਠੀਕ ਹੈ ਜੀ ਓਕੇ ਜੀ ਓਕੇ ਜੀ ਓਕੇ ਹਾਂ ਬਾਈ ਕੀ ਹਾਲ ਹੈ ਹੋਰ ਗਿਆ ਸੀ ਮੁਕੰਦਪੁਰ ਆ ਗਏ ਮੈਂ ਕਿਹਾ ਚੱਲ ਉੱਥੇ ਸਾਨੂੰ ਪਤਾ ਨਹੀਂ ਸੀ ਰਸਤਾ ਪੁਲਿਸ ਵਾਲੇ ਖੜੇ ਸੀ ਮੈਂ ਕਿਹਾ ਕਿੱਧਰ ਮੁਕੰਦਪੁਰ ਕਹਿੰਦੀ ਗਾਂ ਜਾ ਕੇ ਇੱਧਰ ਮੁੜ ਜਾਓ ਹਾਂ ਪਿਛਲੀ ਵਾਰ ਵੀ ਆਏ ਸੀ ਅਸੀਂ ਤਾਂ ਬਹੁਤ ਵਧੀਆ ਮੁਕੰਦਪੁਰ ਆਪਣੇ ਹੋ ਕੇ ਆਏ ਅਸੀਂ ਅਸੀਂ ਉਹ ਬਰਗਰ ਦਾ ਆਰਡਰ ਦਿੱਤਾ ਹੈਗਾ ਉੱਥੇ ਮਟਰੀ ਲਈ ਅਸੀਂ 60 ਰੁਪਏ ਦੀ ਹੋਰ ਖਾਣੀ ਚੰਗੀ ਚੀਜ਼ ਬਸ ਇੱਦਾਂ ਦੀ ਅਸੀਂ ਗੱਡੀ 'ਚ ਬੈਠ ਕੇ ਮਾਰ ਲਾਂਗੇ ਪੱਕਾ ਹੋਰ ਕੀ ਆ ਸਾਡੇ ਗਲਾਸੀ ਗਲੂਸੀ ਦਾ ਟਾਈਮ ਗਿਆ ਅਸੀਂ ਗੱਡੀ 'ਚ ਲਾ ਕੇ ਵਾਪਸ ਵੀ ਜਾਣਾ ਹੈਗਾ ਅੱਛਾ ਹਾਂ ਗਲਾਸੀਆਂ ਦਾ ਭਗਵੰਤ ਮਾਨ ਨੇ ਥਾਂ ਥਾਂ 'ਤੇ ਕਰਤੀਆਂ ਇਹ ਤਾਂ ਫਾਇਦਾ ਹੋਇਆ ਵਾ ਬਹੁਤ ਫਾਇਦਾ ਜੀ ਗਲਾਸੀ ਦਾ ਚਾਹੀਦੇ ਆ ਦੂਰ ਨਾ ਜਾਣਾ ਪਵੇ ਹਾਂ ਦੂਰ ਅੱਗੇ ਸਿਆਲ ਦਾ ਮੌਸਮ ਆ ਦੂਰ ਜਾਊਗਾ ਡਿੱਗ ਡੁੱਗ ਜੂਗਾ ਸੱਟ ਲੱਗੂ ਮੰਦਰ ਚਲ ਜਾਓ ਗੁਰਦੁਆਰਾ ਚਲੋ ਉੱਥੇ ਇਕੱਲੇ ਇਕੱਲੇ ਬੰਦੇ ਮਿਲਣੇ ਇਕੱਲੇ ਇਕੱਲੇ ਧਰਮ ਵਾਲੇ ਇੱਥੇ ਸਾਰੇ ਮਿਲ ਜਾਣੇ ਇਕੱਠੇ ਸਾਰੇ ਮਿਲ ਜਾਣੇ ਆ ਇੱਕੋ ਥਾਂ ਨਾ ਕੋਈ ਹਿੰਦੂ ਆ ਨਾ ਮੁਸਲਮਾਨ ਨਾ ਸਿੱਖ ਨਾ ਇਸਾਈ ਕੋਈ ਵੀ ਸਾਰੇ ਇਕੱਠੇ ਇੱਕੋ ਡੇਰਾ ਵਾ ਬਾਬੇ ਬਿਲਕੁਲ ਬਿਲਕੁਲ ਜੀ ਉਹਦੇ ਮੋਜਾ ਕਰੋ ਸਾਰੇ ਮੰਦਰ ਮਾਸੇ ਢਾ ਦਿਓ ਕਹਿੰਦੇ ਮਹਿਖਾਨੇ ਬਣਾ ਦਿਓ ਸਾਰੇ ਪਾਸੇ ਬੇਸਿਕ ਮੰਦਰ ਮਸਜਿਦ ਢਾ ਦਿਓ ਬੁੱਲੇ ਸਾਹ ਕਹਿੰਦਾ ਪਰ ਮਹਿਖਾਨੇ ਬਣਾਓ ਜਿੰਨੇ ਬਣਾ ਹੁੰਦੇ ਸਾਡੇ ਕੋਲ ਉੱਥੇ ਵਧੀਆ ਅੱਛਾ ਪਹਿਲੇ ਕਾਂਗਰਸ ਸੀਗੇ ਅਕਾਲੀ ਭਾਜਪਾ ਜਿਹੜੇ ਸੀਗੇ ਹਾਂਜੀ ਹਾਂਜੀ ਉਹਨੇ ਬੜੀਆਂ ਰੋਟੀਆਂ ਸੇਕੀਆਂ ਜੀ ਜੀ ਭਗਵੰਤ ਮਾਨ ਕਹਿੰਦਾ ਦਫਾ ਕਰੋ ਉਹਨਾਂ ਨੂੰ ਮੈਨੂੰ ਆਉਣ ਦਿਓ ਮੈਨੂੰ ਆਉਣ ਦਿਓ ਆ ਗਿਆ ਜੀ ਜੀ ਹਾਂਜੀ ਹੁਣ ਕਹਿੰਦਾ ਪੰਜਾਬ ਬੋਲਦਾ ਵਾ ਬਿਲਕੁਲ ਜੀ ਹੁਣ ਤੁਸੀਂ ਬੋਲੋਗੇ ਤਾਂ ਵੀ ਕੋਈ ਨਹੀਂ ਸਹੀ ਗੱਲ ਹੈ ਉਹਦਾ ਪੰਜਾਬ ਤਾਂ ਵਧੀਆ ਦਾ ਬੰਦਾ ਉਹ ਤਾਂ ਵਧੀਆ ਵਾ ਵਧੀਆ ਬੰਦਾ ਬੰਦਿਆਂ 'ਚ ਵਿਚਰਦਾ ਤਾਂ ਹੈ ਉਹ ਤਾਂ ਲੱਭਦੇ ਨਹੀਂ ਸੀ ਕਿੱਥੇ ਚਲ ਗਿਆ ਉਹ ਵੋਟਾਂ ਵੇਲੇ ਲੱਭਦੇ ਸੀ ਉਹਦਾ ਇਹ ਤਾਂ ਟੁਰੇ ਰਹਿੰਦਾ ਇਹਨੂੰ ਮੈਂ ਭੋਗ ਤੇ ਸੱਦ ਲਓ ਹਾਂ ਭੋਗ ਤੇ ਆ ਜਾਊਗਾ ਮਾਰਗੜ ਦੇ ਵੀ ਹਨਾ ਹਾਂ ਜੀ ਜਿੱਥੇ ਮਰਜ਼ੀ ਚੱਕਰ ਆਮ ਆਦਮੀ ਦਾ ਹੀ ਫਰਕ ਹੁੰਦਾ ਜੀ ਪਹਿਲੀ ਜਿਹੜੇ ਸੀ ਐਮਐਲਏ 20 ਵਾਰ ਜਿੱਤੇ ਸੀ 6-6 ਵਾਰ ਚੋੜੇ ਹੁੰਦੇ ਸੀਗੇ ਲਾਗੇ ਲੋਕਾਂ ਨੇ ਪਰੇ ਮਾਰੇ ਆ ਜਿਹੜੇ ਜਿੱਤੇ ਨੇ ਬਿਲਕੁਲ ਫੇਰ ਆਵਾਂਗੇ ਭਾਜੀ ਫੇਰ ਆ ਜਾਓ ਚੱਲਦੇ ਫੇਰ ਇਲੈਕਸ਼ਨ ਆਣੇ ਦੁਬਾਰਾ ਫੇਰ ਹੁਣ ਸੈਂਟਰ ਦੇ ਨਾ ਆਏ ਹੋਰ ਕੀ ਹਾਲੇ ਬਾਏ ਆ ਲੈ ਬ੍ਰਾਂਡ ਜਿਹੜਾ ਨਾ ਆ ਚੱਲਦਾ ਮੇਰਾ ਬ੍ਰਾਂਡ ਹਾਂਜੀ ਆਪਾਂ ਪਾਇਆ ਮੁੰਡੇ ਨਾਈਕੀ ਆ ਨਾਈਕੀ ਨਾਈਕੀ ਆ ਵੀ ਨਾਈਕੀ ਰੁੱਲ ਗਈ ਸੜਕਾਂ ਤੇ ਇਹ ਮੁੰਡੇ ਸ਼ਕੀਨ ਆ ਮੁੰਡੇ ਇਹ ਹਾਂ ਬਾਈ ਅਸਾਂ ਤਾਂ ਪੁੱਛਣ ਆਏ ਸੀ ਇੱਧਰ ਮੈਂ ਕਿਹਾ ਕੀ ਹੁਣ ਮਾਹੌਲ ਚੱਲਦਾ ਵਾ ਆਮ ਆਦਮੀ ਪਾਰਟੀ ਕਹਿੰਦੇ ਸੀ ਪੰਜਾਬ ਬੋਲਦਾ ਨਹੀਂ ਨਹੀਂ ਵਧੀਆ ਗੱਲ ਹੈ ਕਹਿੰਦੇ ਵਧੀਆ ਹੈਗਾ ਸਾਨੂੰ ਤਾਂ ਇੰਨੇ ਲੋਕੀ ਕਹਿੰਦੇ ਵਧੀਆ ਯਾਰ ਇਹਨਾਂ ਮਾੜਾ ਨਹੀਂ ਕਿਸੇ ਨੇ ਆਖਿਆ ਇਹ ਕਹਿੰਦੇ ਵਧੀਆ ਹੋਰ ਹੁਣ ਸਰਕਾਰ ਦੀ ਜਾਨ ਲੈਣੀ ਹੈ ਇਹ ਤਾਂ ਕਹਿੰਦੇ ਭਗਵੰਤ ਮਾਨ ਰੋਟੀ ਵੀ ਇਹਨਾਂ ਦੇ ਮੂੰਹ 'ਚ ਭਜਵੇ ਅੱਛਾ ਹਾਂ ਇੱਕ ਕਿਹੜੀ ਚੀਜ਼ ਫਰੀ ਕਹਿੰਦੇ ਹਨ ਕਿਹੜੀ ਚੀਜ਼ ਫਰੀ ਕੀਤੀ ਸੀ ਇੱਕ ਆਪਾਂ ਨੂੰ ਕਰਨੀ ਕੀ ਫਰੀ ਆਪਾਂ ਕੁਛ ਵੀ ਨਹੀਂ ਫਰੀ ਚਾਹੀਦਾ ਬਿਜਲੀ ਨਹੀਂ ਬਿਜਲੀ ਤਾਂ ਮੁਫਤ ਹੀ ਆ ਪਹਿਲਾਂ ਹੀ ਮੁਫਤ ਸੀ ਉਦੋਂ ਹੁਣ ਵੀ ਇਹਨੇ ਕਰਤੀ ਪਹਿਲੇ ਕਈਆਂ ਨੂੰ ਨਹੀਂ ਸੀ ਹੁਣ ਜ਼ਿਆਦਾ ਕਰਤੀ ਵਧੀਆ ਕਰਤੀ 300 ਸਾਰਿਆਂ ਨੂੰ ਕਰਤੀ ਇਹਨੇ ਫਰੀ ਕਰ ਦਿੱਤਾ ਤੀਵੀਆਂ ਵਾਲੇ ਆਪਣੀ ਟਿਕਟਾਂ ਟੁਕਟਾਂ ਸਾਰੀਆਂ ਫਰੀ ਕਰਤੀਆਂ ਪੌਦਾ ਅਮਰਿੰਦਰ ਸਿੰਘ ਕਰ ਗਿਆ ਸੀਗਾ ਅੱਛਾ ਮੈਂ ਕਿਹਾ ਕਰੇ ਕੱਟਿਆ ਨਹੀਂ ਭਾਈ ਇਹਨੇ ਕੱਟ ਨਹੀਂ ਮਾਰਿਆ ਹਾਂ ਤੇ ਚਲੋ ਹਾਂ ਤੇ ਕਾਟ ਨਹੀਂ ਮਾਰੀ ਤੁਹਾਡਾ ਆਪਣਾ ਕੰਮ ਕਰ ਤਾ ਭਾਈ ਇਹ ਆਪਣਾ ਗਿੱਲ ਖਾਸ ਸਟੋਰ ਹੈ ਜੀ ਖਾਸ ਸਟੋਰ ਆ ਕਿਸਾਨਾਂ ਵਾਲਾ ਕੰਮ ਆ ਤੁਹਾਡਾ ਗਿੱਲ ਖਾਸ ਸਟੋਰ ਹੈ ਦੱਸ ਦਿਓ ਕੋਈ ਚਾਹੀਦੀ ਤੁਹਾਨੂੰ ਖਾਦ ਗੋਦ ਖਾਦ ਗੋਦ ਚੱਲ ਭਾਈ ਤੁਹਾਡੇ ਖਾਦਾਂ ਜਾਣ ਖੇਤਾਂ ਦੇ ਵਿੱਚ ਜਾਣ ਖੇਤਾਂ ਜਿਹੜੇ ਮੂਲੀਆਂ ਆਣਗੀਆਂ ਗਾਜਾਂ ਆਣਗੀਆਂ ਖਾਵਾਂਗੇ ਖਾਦਾਂ ਵਾਲੀਆਂ ਆਲਾ ਭਾਈ ਆ ਗਿਆ ਲੈਣ ਲਈ ਤੇਰੇ ਕੋਲ ਕਾਕੇ ਦਿਖਾ ਦੇ ਭਾਈ ਦੀ ਫੋਟੋ ਵੀ ਹੈ ਚਲੋ ਚੱਲੀਏ ਚਲੋ ਨੇਰਾ ਹੋ ਗਿਆ ਮੁੰਡਾ ਚਲੋ